हेलो सत श्रीकाल पुत ठीक ठाक हो? हाँ ठीक है, सारे ठीक हो पुत? हाँ ठीक ठाक राजी बाजी। कुछ नहीं पुत, रोटी खा के मैं लम्मा पै गया। तो मम्मी तेरी भी आ गई, आंदी अमृत नू फोन ला के पुछो भी किदां आउणा है, इतों चले जाना वा तो घर नहीं आना कुछ। आहो ये गल आई तो लग गई होस्टल से, इतों तो जाना कहते हम तो टाइम तो पुत एक बज गया, कि जाना है? अच्छा कल जाना वा, चल ठीक है फिर इतों जाना तो इतों चल जा, तो चली जा टाइम ना फिर मेरा पुत। फोन कर दो जा चल जी है, चल ठीक है ठीक है। प्रेस प्रूस करके पा ला बैग च अपने कपड़े सारे, पैसे ते ले दी लोड़। आहो एटीएम दे मेरे पुत कोल ही आ गए, चल ठीक है कोई नहीं, ते जाके मेरा पुत फोन कर दी है। आ चल चल ठीक है फिर है, ओके ओके। वो आंदी मैं इत्थे चल जाना, मेरे होस्टल दे इत्थे लग गए आ, ਪਹਿਲੋਂ ਮੈਂ ਹੈਂਗ ਮਾਉਂਗੀ ਫਿਰ ਮੈਂ ਸਵੇਰੇ ਆਏ ਨੂੰ ਫਿਰ ਭੱਜੀ ਆਊਂਗੀ। ਤੇ ਫੇਰ ਕੀ ਯਾਰ, ਮੈਡਮ ਨੂੰ ਕਿ ਚਲ ਜਾਂਦੀ ਉਹ ਤੁਹਾਡੇ ਵਿਆਹ ਤੇ। ਉਹ ਆਦੀ ਜਲ ਵੀਰ ਆਂਦੇ ਮੈਂ ਇੱਥੇ ਛੱਡ ਜਾਂਗੀ। ਚਲ ਇਹ ਵੀ ਠੀਕ ਆ, ਮੈਂ ਚਲੋ ਚਲ ਜੀ ਟਾਈਮ ਨੇ। ਹੋਰ ਹੋਰ ਠੀਕ ਠਾਕ ਹੋ? ਤੇ ਖਾ ਲਈ ਰੋਟੀ ਤੂੰ? ਰੋਟੀ ਤੇ ਮੈਂ ਵੀ ਖਾ ਲਈ ਯਾਰ, ਨਾ ਲੂ ਵੀ ਲਿਆ ਸਭ ਕੋ ਕਰ ਲਿਆ, ਟੈਨਸ਼ਨ ਲੱਗੀ ਰਹਿੰਦੀ ਆ। ਕਿਉਂ? ਮੈਨੂੰ ਪਤਾ ਨਹੀਂ ਕਿੱਦਾਂ ਦੀ ਕਿਸਮਤ ਆ ਵੀ ਜੇ ਇੱਕ ਕੁੜੀ ਚੰਗੀ ਮਿਲ ਗਈ ਆ ਦੂਜੀ ਉਹ ਕਪੱਤੀ ਮਿਲ ਗਈ ਆ ਤੇ ਕਿੱਦਾਂ ਦਾ ਟਾਈਮ ਪਾਸ ਹੋਇਆ ਕਰਨਾ। ਤੇ ਕੋਈ ਨਹੀਂ, ਉਹ ਅੱਡ-ਬਾਹਰ ਹੋ ਗਏ ਆ, ਸਾਨੂੰ ਉਹਦੇ ਵਿੱਚ ਟੈਨਸ਼ਨ ਵਾਲੀ ਕੋਈ ਗੱਲ ਨਹੀਂ। दोस्तों वीडियो अगे वधण तों पहिलां तुहानूं मैं भरोसेमंद ब्रांड आ लोटस 365 जिहदे बारे दसना चाहुंदा हां, जिहदे ब्रांड मास्टर ने काजल अग्रवाल, नवाजुद्दीन सिद्दीक ਅਤੇ ਉਰਵਰਸ਼ੀ ਰੋਟੇਲਾ ਜੀ ਹਨ। ਇਹ ਸਭ ਤੋਂ ਪੁਰਾਣੀ ਗੇਮਿੰਗ ਕੰਪਨੀਆਂ ਵਿੱਚੋਂ ਇੱਕ ਵਾ ਅਤੇ 2015 ਤੋਂ ਭਾਰਤ ਵਿੱਚ ਜਿਹੜੀ ਸਰਗਰਮ ਆ, ਇਹਦੇ ਤੁਹਾਨੂੰ ਫੁੱਟਬਾਲ, ਕ੍ਰਿਕਟ, ਟੈਨਿਸ ਇਹ ਸਾਰੀਆਂ ਜਿਹੜੀਆਂ ਅਪਡੇਟਸ ਮਿਲਣੀਆਂ ਵਾ। ਇੱਥੇ ਤੁਸੀਂ 1000 ਤੋਂ ਵੱਧ ਗੇਮਾਂ ਵੀ ਖੇਡ ਸਕਦੇ ਜੇ ਅਤੇ ਸ਼ਾਨਦਾਰ ਇਨਾਮ ਵੀ ਜਿੱਤ ਸਕਦੇ ਜੇ। ਇਸ ਪਲੇਅ ਦੇ ਨਾਲ ਤੁਹਾਨੂੰ ਵਧੀਆ ਪੇਸ਼ਕਸ਼ਾਂ ਅਤੇ ਤਰੱਕੀਆਂ ਮਿਲ ਗਈਆਂ। ਨਾਲ ਦੀ ਨਾਲ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਦੇ ਵਿੱਚ 7 1-to-1 ਕਸਟਮ ਸਪੋਰਟਸ ਵੀ ਆ, ਅਤੇ ਹੁਣ ਤੁਸੀਂ ਕਾਹਦੀ ਉਡੀਕ ਕਰਦੇ, 6-to-6 ਨੂੰ ਖੇਡੋ। ਆਈਫੋਨ 13, ਰੋਇਲ ਇਨਫੀਲਡ ਅਤੇ ਸੈਮਸੰਗ ਗਲੈਕਸੀ S22 ਅਲਟਰਾ ਵਰਗੇ ਦਿਲਚਸਪ ਇਨਾਮ ਜਿੱਤੋ ਅਤੇ ਬੋਨਸ ਦਾ ਲਾਭ ਉਠਾਓ। ਮੈਂ ਤਾਂ ਇਹ ਸੋਚਣ ਡਈ ਹਾਂ ਵੀ ਕਿੱਦਾਂ ਸੂਤਰ ਆਉਣਾ ਵਾ ਕੰਮ। ਸੂਤਰ ਤਾਂ ਇੱਦਾਂ ਹੀ ਆਉਣਾ ਵਾ ਵੀ ਕੋ ਸਾਡੇ ਕੋਲ ਪੈਸੇ ਹੈਗੇ ਆ, ਅੱਛਾ, ਤੇ ਕੋ ਮਨਜੀਤ ਨੂੰ ਕਹਿੰਦੇ ਵੀ ਤੂੰ ਦੇ, ਅੱਛਾ, ਤੇ ਇਹਨਾਂ ਨੂੰ ਉੱਤੇ ਬਣਾ ਦਈਏ ਤੇ ਆ ਜਿਹੜੀਆਂ ਪੌੜੀਆਂ ਇੱਧਰ ਚੜ੍ਹਦੇ ਬਣਾਤਾ ਤੇ ਇਹਨੇ ਉਤਰਨਾ ਚੜ੍ਹਨਾ, ਇਹਨੇ ਲਬੇੜ ਕੇ ਪੈਰ ਤੇ ਫੇਰ ਚੜ੍ਹ ਜਾਇਆ ਕਰਨਾ ਤੇ ਬਲਜੀਤ ਦੇ ਭਾਰਾ ਸਿਆਪਾ ਫੇਰ ਸਫਾਈਆਂ ਕਰਨਾ। ਇਹੋ ਤਾਂ ਮੈਂ ਤੈਨੂੰ ਲੱਗਾ ਗੱਲ ਦੱਸਾਂ, ਗੱਲ ਤੇ ਤੂੰ ਮੇਰੀ ਪੂਰੀ ਸੁਣੀ ਨਹੀਂ। ਆ ਜਿਹੜਾ ਗੇਟ ਵਾ ਨਾ ਪੌੜੀ ਦਾ ਉੱਤੋਂ ਉੱਤੋਂ ਕਰ ਦਾਂਗੇ ਬੰਦ, ਇਹਨੂੰ ਬਾਹਰੋਂ ਪੌੜੀਆਂ ਚੜਾ ਦਾਂਗੇ। ਅੱਛਾ, ਇਹ ਬਾਹਰੋਂ ਉੱਤੇ ਚੜ ਤੇ ਉੱਤੋਂ ਹੀ ਬਾਹਰ ਥੱਲੇ ਬਾਹਰ ਜੜ, ਇੱਧਰ ਆਉਣੀ ਕਿਨ। ਹਾਂ ਇਹਨਾਂ ਨੇ ਫਿਰ ਕੀ ਇਹਦਾ ਕੰਮ ਰੱਖਣਾ ਵਾ, ਫਿਰ ਬਾਹਰੇ ਰਹਿ ਪੈਣ ਕਿਤੇ ਜਾ ਕੇ ਕਿਰਾਏ ਕਰੂਏ ਤੇ ਕਿ ਜੇ ਇਦਾਂ ਬਾਹਰੇ ਬਾਹਰ ਚੜਨਾ ਤੇ ਬਾਹਰੇ ਬਾਹਰ ਉਤਰਨਾ ਤੇ ਬਸ ਉਹਨਾਂ ਨੂੰ ਤੇਰੇ ਬਣਾ ਕੇ ਤੇ ਦੇਣਾ ਪੈਣਾ ਨਾ। ਉੱਤੇ ਪਾ ਦੋ ਟੀਨਾ ਇਹਨਾਂ ਨੂੰ, ਫਿਰ ਤੇ ਟੀਨੇ ਹੀ ਪਾਉਣੀ ਉੱਥੇ ਹੀ, ਲਾਈਟਰ ਹੀ ਪੈ ਜੂ, ਹੋਰ ਕੀ ਹੋਊਗਾ ਫਿਰ। ਇੰਨਾ ਖਰਚਾ ਹੁਣ ਹੱਥੋਂ ਨਹੀਂਗਾ ਪੁੱਗਣਾ, ਇਹਨਾਂ ਨੇ ਤੇ ਪੈਸੇ ਆਪਣੇ ਰੱਖੀ ਜਾਣੇ ਆ, ਤੇ ਅਸੀਂ ਕਿੱਥੋਂ ਖਰਚੇ ਕਰਨੇ। ਬਾਕੀ ਇਹ ਵੀ ਜਦੋਂ ਕੁੜੀ ਵਿਆਹੀ ਜਾਊਗੀ ਤੇ ਉਦੋਂ ਬਾਅਦ ਚ ਵੇਖ ਲਾਂਗੇ, ਜੇ ਇਹਨੇ ਮਨਜੀਤ ਨੇ ਰੱਖਣਾ ਤਾਂ ਮਨਜੀਤ ਰੱਖ ਲੇ, ਰਘਵੀਰ ਨੂੰ ਬਾਹਰ ਪਾ ਦਾਂਗੇ, ਜੇ ਰਘਵੀਰ ਰੱਖ ਲੂਗਾ ਇਹ ਤੇ ਉਹਨੂੰ ਮਨਜੀਤ ਬਾਹਰ ਉਦਾਂ ਦੇ ਫੇਰ ਬਣਾ ਦਾਂਗੇ। ਮੈਂ ਤੇ ਇਹੋ ਸੋਚਣ ਡਈ ਸੀ ਕੁੜੀਆਂ ਆਉਣਗੀਆਂ, ਦੋ ਭੈਣਾਂ ਭੈਣਾਂ ਬਣ ਕੇ ਰਹਿਣਗੀਆਂ ਤੇ ਸਾਨੂੰ ਪਤਾ ਇਹਨਾਂ ਲੱਗੂਗਾ ਵੀ ਸਖੀਆਂ ਭੈਣਾਂ ਵਾਂ ਕੇ ਦਰਾਣੀ ਜਠਾਣੀ ਆ। ਦਵਿੰਦਰ ਅਸੀਂ ਵੀ ਇਹੋ, ਹਰ ਇੱਕ ਮਾਂ ਪਿਓ ਇਹੋ ਗੱਲਾਂ ਸੋਚਦਾ ਵਾ ਵੀ ਸੱਚੇ ਪਾਤਸ਼ਾਹ ਨਵਾਂ ਵਧੀਆ ਆਉਣ, ਆਗਿਆਕਾਰ ਆਉਣ,
ਮਾੜਾ ਵੀ ਕੀ ਇੱਥੇ ਦੋਵਾਂ ਜਾਣੀਆਂ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਇਹ ਹੁਣ ਸੁੱਖ ਦੀ ਸਾਰੀ ਅੱਤ ਵਾ ਕੇ ਇੱਕ ਦੂਜੀ ਨੂੰ ਪੁੱਛ ਕੇ ਗੱਲ ਕਰਨ ਵੀ ਆਹ ਕੰਮ ਕਿੱਦਾਂ ਦੀਦੀ ਆਹ ਕੰਮ ਤੂੰ ਕਰ ਲੈ ਆਹ ਮੈਂ ਕਰ ਲੈਨੀ ਆ ਤੇ ਦਸ ਰਲ ਕੇ ਚੱਲ ਗਈਆਂ ਤੇ ਵਧੀਆ ਨਹੀਂ ਚੱਲੂ ਸਾਡਾ ਕੰਮ ਨਹੀਂ ਤੇ ਇੱਕ ਵਾਰ ਫੇਰ ਪੁੱਛ ਲੈਨੇ ਆ ਇਹਨੂੰ ਕਿਹਨੂੰ ਸੁੱਖ ਨੂੰ ਹੀ ਮੈਂ ਨਹੀਂ ਪੁੱਛਣਾ ਤੂੰ ਹੀ ਪੁੱਛਣਾ ਵਾ ਮੈਂ ਆਪੇ ਪੁੱਛ ਲੂੰਗੀ ਫਿਰ ਕਿਉਂਕਿ ਮੈਂ ਨਵਾਂ ਧੀਆਂ ਨਾਲ ਗੱਲਾਂ ਕਰਦਾ ਮੈਂ ਨਹੀਂ ਚੰਗਾ ਲੱਗਦਾ ਮੈਂ ਨਹੀਂ ਅਜੇ ਮੁੰਡੇ ਦਾ ਮੈਂ ਆਖੇ ਕਰ ਮੈਂ ਮੁੰਡੇ ਨਾਲ ਗੱਲ ਕਰ ਲੂੰਗਾ ਘਰ ਦਾ ਪਾਜ ਨਿਕਲ ਜਾਣਾ ਵਾ ਪੌੜੀਆਂ ਤੋੜੀਆਂ ਕਿੰਨਾ ਕਿੰਨਾ ਪੈਸਾ ਲਾਇਆ ਲੋਕਾਂ ਨੇ ਆਖਣਾ ਇਹ ਕੀ ਡੇ ਆ ਕਰਨ ਇਹ ਪੌੜੀਆਂ ਤੋੜਨੀਆਂ ਨਹੀਂ ਗੀਆਂ ਬਾਹਰੋਂ ਚੜਾ ਕੇ ਦੇਣੀਆਂ ਉਹਨਾਂ ਨੂੰ ਇਹਨਾਂ ਨੂੰ ਕੀ ਕਰਨਾ ਇੱਧਰ ਰਹਿਣ ਦੇਣੀ ਰਹਿਣ ਦਾਂਗੇ ਇਹਨਾਂ ਨੂੰ ਇਦਾਂ ਹੀ ਫਿਰ ਵੇਖੀ ਜਾਊਗੀ ਜੋ ਉਹ ਕਿੰਨਾ ਸੋਹਣਾ ਮੰਮੀ ਰੰਗ ਲੈ ਕੇ ਆਈ ਆ ਏਦਾਂ ਕਰਦੀ ਆ ਕੱਟ ਕੇ ਸੀ ਦਿੰਦੀ ਆ ਤੇ ਖੜੇ ਪੈਰ ਸੀਬਦੇ ਵੀ ਨੀਗੇ ਕਿੰਨਾ ਤੇ ਘਰ ਦਾ ਕੰਮ ਹੁੰਦਾ ਵਾ ਪਹਿਲਾਂ ਆਹ ਪੱਲਾ ਕੱਢ ਲੈਣੀ ਆ ਬਾਅਦ ਚ ਦੂਜਾ ਦੇ ਦੇਣੀ ਹਾਂਜੀ ਮੰਮੀ ਪਤਾ ਕੀ ਕਰ ਲੱਗੀ ਆ ਮੰਮੀ ਇਹਨਾਂ ਦਾ ਸੂਟ ਕੱਟਣ ਲੱਗੀ ਆ ਮੈਂ ਜੇ ਕੋਈ ਪ੍ਰੋਗਰਾਮ ਆ ਜਾਂਦਾ ਤਾਂ ਪੈਰ ਤਾਂ ਸੀਵਦਾ ਨੀਗਾ ਤੇ ਪ੍ਰੋਗਰਾਮਾਂ ਨੂੰ ਕੋਈ ਗੱਲ ਨੀ ਪਤਾ ਹੁਣ ਤੂੰ ਸਾਰਾ ਕੰਮ ਕਰਕੇ ਥੱਕੀ ਆ ਤੂੰ ਰੈਸਟ ਕਰ ਜਰਾ ਲੰਮੀ ਪਾਓ ਮੇਰੇ ਭਈ ਮੰਮੀ ਕੋਈ ਨੀ ਹੌਲੀ ਹੌਲੀ ਸੀ ਲੂੰਗੀ ਇੱਕ ਦਿਨ ਝੱਗਾ ਸੀ ਲੂੰ ਇੱਕ ਦਿਨ ਸਲਵਾਰ ਸੀ ਲੂੰ ਕੋਈ ਗੱਲ ਨੀ ਗੀ ਸ਼ਾਮਾਂ ਦਾ ਰੋਟੀ ਪਾਣੀ ਮੈਂ ਕਰ ਲੂੰ ਰਸੋਈ ਦਾ ਉਦੋਂ ਤੂੰ ਕੱਟ ਲਈ ਤੇ ਜੇ ਡੰਗਦਾ ਕਾਪੇ ਸੀਵਦਾ ਰਹੋ ਹੌਲੀ ਹੌਲੀ ਤੇ ਹੁਣ ਤੂੰ ਰੈਸਟ ਕਰ ਲੈ ਮੇਰੇ ਭਈ ਰੱਖ ਲਾ ਗੱਲ ਤੇ ਫਿਰ ਮੰਮੀ ਉਹ ਹੀ ਹੋਈ ਵੀ ਹੌਲੀ ਹੌਲੀ ਸੀ ਨਾ ਮੈਂ ਹੁਣ ਤੂੰ ਰੈਸਟ ਕਰ ਪਾ ਤੂੰ ਹੁਣ ਸਵੇਰ ਦੀ ਕੰਮ ਕਰਨ ਦੇ ਆ ਸੋਹਣਾ ਮਰਦਾ ਸੂਟ ਹਾਂ ਲਾ ਕੇ ਤੇ ਮੈਨੂੰ ਬੜਾ ਸੋਹਣਾ ਲੱਗਾ ਵਾ ਤੁਹਾਡੇ ਉਧਰ ਵਧੀਆ ਵਾ ਚੱਲ ਚੰਗਾ ਕੋਈ ਗੱਲ ਨੀ ਤੂੰ ਰੈਸਟ ਕਰ ਕੋਈ ਨੀ ਰੱਖ ਲੈ ਖਾਫੇ ਚ ਪਾ ਕੇ ਮੰਮੀ ਇਧਰ ਤੁਸੀਂ ਇਦਾਂ ਕਰਦੇ ਰਹਿੰਦੇ ਆ ਇਹ ਸੀਵ ਜਾਂਦਾ ਤੇ ਵਧੀਆ ਹੁੰਦਾ ਸੀਵ ਜੂਗਾ ਪੁੱਤ ਫੇਰ ਬਥੇਰੇ ਸੂਟ ਵਾ ਥੋੜੇ ਸੂਟ ਵਾ ਕਿਤੇ ਤੇ ਮੈਨੂੰ ਤੁਸੀਂ ਕੋਈ ਆਪਣਾ ਵਧੀਆ ਜਿਹਾ ਮੇਚਾ ਦਿਓ ਜਿਹੜਾ ਤੁਹਾਨੂੰ ਬਿਲਕੁਲ ਵਧੀਆ ਆਵੇ ਚੱਲ ਠੀਕ ਹੈ ਜੀ ਮੇਚੇ ਵਾਲੀ ਗੱਲ ਨਾ ਫੇਰ 2 ਘੰਟੇ ਬਾਅਦ ਮੈਂ ਨਾ 2 ਘੰਟੇ ਰੈਸਟ ਕਰ ਦੂੰ ਫੇਰ ਚਲੋ ਠੀਕ ਹਾਂ ਚਲੋ ਮੈਂ ਜੋੜ ਲੈਣੀ ਜੋੜ ਲੈ ਕੋਈ ਨਹੀਂ ਸਵੇਰ ਦਾ ਕੰਮ ਕਰਨ ਦੇ ਥੱਕੀ ਹੈਗੀ ਆ ਮੰਮੀ ਸਤਿ ਸ਼੍ਰੀ ਅਕਾਲ ਸ਼੍ਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਾ ਹਾਫ ਡੇ ਲੈ ਕੇ ਆ ਗਈ ਅੱਜ ਉਹਨਾਂ ਦਾ ਕੰਮ ਥੋੜਾ ਹੀ ਤੇ ਕਹਿੰਦੇ ਕੋਈ ਗੱਲ ਨਹੀਂ ਜੇ ਨਵੇਂ ਨਵੇਂ ਤੇ ਕੋਈ ਨਹੀਂ ਚੱਲ ਜਾਓ ਘਰ ਅੱਛਾ ਠੀਕ ਆ ਹਾਂਜੀ ਚਲੋ ਠੀਕ ਜੀ ਮੈਨੂੰ ਤਾਂ ਬੂਹੇ ਤੋੜ ਦਿੰਦੇ ਵੱਖਰੀ ਕਾਹਦੀ ਹੋਈ ਆ ਇਹ ਤੇ ਬਣਾਇਆ ਪਖੰਡ ਪਕਾ ਲਈਆਂ ਤੇ ਖਾ ਲਈਆਂ ਫੜ ਲਈਆਂ ਤੇ ਖਾ ਲਈਆਂ ਇਹਨੂੰ ਤੇ ਇਹੋ ਹੀ ਕੰਮ ਆ ਹੋਰ ਕੋਈ ਕੰਮ ਹੀ ਨੀਗਾ ਉਹ ਮੁੰਡਾ ਹੁੰਦਾ ਤੇ ਉਹ ਪੜ ਕੇ ਖਾ ਲੈਂਦਾ ਵਾ ਤੇ ਪਿਓ ਦੇ ਰਾਮ ਦੀ ਸੈਰ ਲਈ ਜਾਂਦਾ ਮੈਂ ਆਪਾਂ ਲਾਂਡੇ ਹੀ ਮੈਂ ਤੂੰ ਵੱਡੇ ਗੱਲਾਂ ਕਰੀਏ ਨਾ ਇੱਕ ਪਾਸਾ ਰੱਖ ਜਾਂ ਤੇ ਉਹਨਾਂ ਨਾਲ ਹੋ ਜਾ ਮੈਂ ਕਿਹਾ ਮੰਮੀ ਹੁਣ ਉਹ ਵੀ ਨੋ ਪਤਾ ਉਹਨਾਂ ਨੂੰ ਉਹਨਾਂ ਦੀ ਵੀ ਸੈਰ ਲੈਣੀ ਪੈਂਦੀ ਆ ਉਹ ਵੀ ਸੱਚੇ ਆਪਣੀ ਥਾਂ ਮੰਮੀ ਹੁਣ ਉਹ ਵੀ ਕੀ ਕਰਨਾ ਉਹ ਨਹੀਂ ਕਿ ਸੱਚੇ ਡੈਡੀ ਸੱਚਾ ਮੇਰੇ ਗੱਲ 'ਚ ਜਦੋਂ ਡੈਡੀ ਨੂੰ ਕੋਈ ਪੈਸਾ ਨਹੀਂ ਬਣਾਉਂਦੇ ਡੈਡੀ ਉਹ ਤੇ ਡੈਡੀ ਕਿਉਂ ਉਹਨਾਂ ਦੀ ਸੈਰ ਦਵੇ ਭਲਾ ਇਹ ਨਹੀਂ ਕੰਮ ਹੋਣਾ ਇਹਨੂੰ ਮੈਂ ਕਰਦੀ ਹਾਂ ਮੰਮੀ ਮੰਮੀ ਜੀ ਜੇ ਤੁਸੀਂ ਆਏ ਹੁੰਦੇ ਪਾਣੀ ਦਾ ਗਲਾਸ ਹੀ ਲਈ ਹੁੰਦੇ ਤੇ ਪਾਣੀ ਪੁੱਤ ਜੇ ਤੂੰ ਬਾਹਰੋਂ ਆਈ ਉਦੋਂ ਕਹਿ ਦਿੰਦੀ ਮੈਂ ਤੇਰੇ ਲਈ ਪਾਣੀ ਲਿਆ ਕੇ ਮੈਂ ਤੱਕ ਜੂਸ ਪੀ ਕੇ ਆਈ ਆ ਨਹੀਂ ਅੱਜ ਮੈਂ ਇਕੱਲੀ ਆਈ ਨਾਲੇ ਇਹਦਾ ਫਿਰ ਮੈਂ ਜੂਸ ਪੀ ਆਉਣਾ ਸੀ ਮੈਂ ਚੱਲ ਲੈ ਆਉਂਦੇ ਪਾਣੀ ਪਿਆ ਜਾ ਮੰਮੀ ਨਹੀਂ ਬਹਿਣਾ ਨਹੀਂ ਮੈਂ ਤੇਰੇ ਨਾਲ ਗੱਲ ਕਰਨ ਆਈ ਆ ਇੱਕ ਮੈਨੂੰ ਪਤਾ ਗੱਲ ਤੁਸੀਂ ਕਾਹਦੀ ਕਰਨੀ ਲੜਨੀ ਆਏ ਹੁਣ ਇਹ ਮੇਰਾ ਹਜੇ ਬਿਲਕੁਲ ਮੂਡ ਨਹੀਂ ਜੀ ਹੈਗਾ ਲੜਨ ਦਾ ਨਹੀਂ ਮੈਂ ਲੜਾਕੀ ਆ ਕੋਈ ਤੇਰੇ ਨਾਲ ਲੜਨ ਆ ਗਈ ਜਿਹੜੀ ਬਿਨਾ ਮਤਲਬ ਤੋਂ ਉਹ ਲੜਨ ਨੂੰ ਕਹਿੰਦੇ ਕੋਈ ਨਹੀਂ ਸਾਬੀ ਨੂੰ ਆਣਨ ਦੋ ਫਿਰ ਗੱਲ ਕਰਦੇ ਜਿਹੜੀ ਵੀ ਤੁਸੀਂ ਗੱਲ ਕਰਨੀ ਬਹਿ ਜਾ ਉੱਦਾਂ ਚ ਬਹਿਣਾ ਸਾਬੀ ਦੇ ਹੁੰਦੇ ਵੀ ਹੋ ਜੂਗੀ ਗੱਲ ਪਰ ਜਦੋਂ ਤੂੰ ਸਵੇਰੇ ਗਈ ਹਾਂ ਤੂੰ ਸਫਾਈ ਸਫੂਈ ਆਪਣੇ ਕਮਰੇ ਦੀ ਕਰ ਗਈ ਆ ਸਾਰੀ ਮੈਨੂੰ ਪਤਾ ਹੀ ਨਹੀਂ ਇੱਧਰ ਕਿੰਨੀ ਆਉਣਾ ਹੈ ਮੈਂ ਆਣ ਕੇ ਚੁੱਕ ਲੈਣਾ ਹੀ ਕੰਬਲ ਉੱਥੇ ਕੀ ਹੋ ਗਿਆ ਹੈ ਫਿਰ ਜਿੱਦਾਂ ਦਾ ਅਸੀਂ ਗੱਲ ਕਰਦੇ ਉਦੋਂ ਦਾ ਹੀ ਸਿਰ ਖਪਾਉਣੇ ਆ ਵੀ ਸਾਡੇ ਘਰ ਕੋਈ ਵੀ ਪ੍ਰਾਹੁਣਾ ਆ ਸਕਦਾ ਵਾ ਤੇ ਆਣ ਕੇ ਵੇਖੂਗਾ ਤੇ ਕੀ ਕਹੂਗਾ ਨਾ ਤੂੰ ਕੰਬਲ ਚੁੱਕਿਆ ਨਾ ਤੂੰ ਆਪਣੀ ਚਾਦਰ ਚਾਜਣਾ ਵਿਛਾਈ ਲੰਗਰ ਤਾਂ ਤੁਹਾਨੂੰ ਪਕਾਉਣਾ ਨਹੀਂ ਆਉਂਦਾ ਤੂੰ ਆ ਬਿਸਤਰਾ ਹੀ ਆਪਣਾ ਚੁੱਕ ਜਾਂਦੀ ਹੋਰ ਨਹੀਂ ਤੁਸੀਂ ਮੇਰੇ ਰੂਮ ਦਾ ਲੋਕ ਲਾ ਦਿੰਦੇ ਨਾ ਇੱਧਰ ਕੋਈ ਸਿੱਧਾ ਵੀ ਹੁੰਦਾ ਜਿਹੜਾ ਵੀ ਗੈਸਟ ਹੁੰਦਾ ਇੱਧਰ ਨਾ ਲੈ ਕੇ ਆਇਓ ਉਹਨੂੰ ਤੇ ਲੋਕ ਦੀ ਗੱਲ ਨਹੀਂ ਕੀਤੀ ਲੋਕ ਆਦੀ ਵਾਸਤੇ ਲਾਉਣਾ ਅੱਗੇ ਬਹੁਤ ਜ਼ਿਆਦਾ ਕਮਰੇ 10-12 ਵੀ ਲੋਕ ਲਾ ਦਿਓ ਕਮਰੇ ਤੇ ਬਾਕੀਆਂ ਚ ਭਾਲ ਲਾਂਗੇ ਜਦੋਂ ਗੈਸਟ ਹੁੰਦਾ ਉਦੋਂ ਦੀ ਮੈਂ ਮੰਮੀ ਗੱਲ ਕਰਨ ਡਈ ਤੇ ਤੁਸੀਂ ਯਾਰ ਕੀ ਤੁਸੀਂ ਹੁੰਦੇ ਲੱਗ ਲੱਗ ਪੈਂਦੇ ਜੇ ਕੋਈ ਨਹੀਂ ਤੁਹਾਨੂੰ ਸ਼ਾਮਾਂ ਨੂੰ ਪੂਰਾ ਮੌਕਾ ਦਊਂਗੀ ਮੈਂ ਲੜਨ ਦਾ ਹਜੇ ਮੇਰਾ ਟਾਈਮ ਨਾ ਖਰਾਬ ਕਰੋ ਮੈਨੂੰ ਕਦੀ ਰੈਸਟ ਵੀ ਕਰ ਲੈਣ ਦਿਆ ਕਰੋ ਮੰਮੀ ਸ਼ਾਮਾਂ ਨੂੰ ਗੱਲ ਕਰਦੇ ਆ ਨਾਲ ਇਹਨਾਂ ਨੂੰ ਆ ਲੈਂਦੋ ਕਿਉਂਕਿ ਫਿਰ ਕਸੂਰ ਮੇਰਾ ਹੀ ਨਿਕਲਣਾ ਵਾ ਉਹਦੇ ਆ ਵੱਖਰੀ ਗੱਲ ਹੋ ਜੂਗੀ ਭੈਣ ਜੀ ਉਹਦੇ ਆ ਵੱਖਰੀ ਗੱਲ ਜਿਹੜੀ ਆਪਣੀ ਗਲਤੀ ਕਿਉਂ ਨਹੀਂ ਤੂੰ ਮੰਨਦੀ ਆ ਚਲੋ ਠੀਕ ਆ ਮੈਂ ਮੰਨ ਲੈ ਮੇਰੀ ਗਲਤੀ ਸਵੇਰੇ ਮੈਂ ਚੁੱਪ ਜੂੰਗੀ ਕੰਬਲ
अपनी रसोई का काम सारा करके दस दे किन्ने बजे करके जाना वा किन्ने बजे आना मुड़ के तू वापस कोई नहीं दस दिन कर देने कोई गल नहीं जो तुम बहार बैठे सूट कटाउन डे ही खराब करा सारा काम धंधा करके ना चंगी तरह कड के छूंगी मेनू रेस्ट कर ला दो चल हम बरजीत लई रेस्ट कर हम चाह कुट बनानी होगी मैं बना लेनी अपने जोगी बनानी है दीदी जे मैं कहता चाह हो ना उन्होंने चल बेचारी ने मन नहीं जाना चाह बना दे नहीं मिली कोई नहीं आंदा ना सब ही कर दी गल अगे तो एक घर ही ना हूं दो घर बन के ही रहने गए इन्हों तो हम मजा सिखा ही पैना वा मेरे वखो वखरा सारे तू मेनू की देन दिया की प्यो देन दिया पैसे लिया के देन दिया वा यह खंड पत्तियां मुल आंदियां फ्री नहीं आंदियां जां जिथे लियाओ पूरा सुट्टो खंड दा चाह बना थोड़ी थोड़ी चाह मम्मी बना दे आहो मम्मी ने बड़ी ठंडी करके प्यालती है तो मम्मी वाली भी ना कमाल ही हो गई है अजे मैं आई ही जे आंदे मेरे नाल लड़ लग पे हुण जे मैं चाह दा कहण गई मम्मी घुट पानी पा लो ता भी मेरे नाल तेनर भी लड़ती है होर मेरे नाल भी इत्थे कहंदी चल जा सोई जा मैं थोड़ी जी आखे मेनू चाह दे दे थोड़ी जी मैं तेरे तुरया ही आउंदे आ अगे कहंदी अपनी खंड पत्ती लिया गई इत्थे स्लैब ते रखो ते फिर चाह बनाओ ते पियो कोई नहीं आंदी मम्मी फिर मैं बनाउनी ते मेरी गल सुन लो ऐदा नहीं कम सरना घर दो पुराने घर च मम्मी ना कहो चल जाओ आप इतने रहने ऐदा नहीं कठिया नहीं कम सरना
नाले मेरी गल सुनो, आप पुराने घर च नहीं जाना, इन्हों खिलाओ हूं आप ऑफिस च काम करते दोवे जाने हैं, उतो कल ना कोई ना कोई मिलन भी आ जाता ना स्टाफ मैंबर, उधर बिठाते आप चंगे लगना, उधर भेजो आप इधर सही है करते हैं सलाह भी तू चाह लिया चाह पीने चाह मैं बढ़वा दिनी है कोई गल नी, पर यह जरूर गल करो उन्होंने की उधर पुराने कमरे च चल जाना आप इधर सामभ लेने चौंकड़ी मार के बैठी मेनो भी लम्बे लम्बे पै लड़ाई होंगी रोज मम्मी ना मेरे को सिर नीचे पाया जाता रौला पै गया आंदी हुण घर उन्हां नूं कच्चे च दे दो ते आप इत्थे रहिणे आपां इन्ने पैसे ला के बापू ने घर बनाया वीर होनी भला उस जाते माता उधर जाती है तो चाह नहीं थोड़ी जी देन देन टी अद्धा कप तो वह घर छड के जाऊगी आ इन्हें सिर पड़वाने ही उन सारे चाह तो बन गई अजे आए नहीं करके वीर होनी चल अं नौ सस पीने पूरे तक आ जाएंगे तो चल उन्होंने चला देंगे पर हम भावें वधी भी रहे ना इन्हों नू चाह नहीं देनी इन्होंने चंगा पखंड पड़िया वो दुखी करके रखे इन्होंने फिर रोज दिहाड़ी कहते गांह वर्दे जाते जी बलजीत वा आया फड़म भी चीजा वेला है चा पई भी तो हैगी है रोड़ देनी हूं इन्होंने रोड ते रहन मैनू जी मैं तो हम अपनी चाह वक्री बनाऊंगी मेरी वजह जो मर्जी करना अपनी चाह तो